ਪਰੋਂ ਸਾਹਿਬ ਗੱਲ ਦੀ ਲੜੀ ਉੱਥੇ ਹੀ ਜੋੜੀਏ ਜੇ ਜਿਹੜੀ WhatsApp ਬਾਰੇ ਗੱਲ ਚੱਲ ਰਹੀ ਸੀ ਸੋ ਬਹੁਤ ਵੱਡਾ ਰੁਝਾਨ ਬੀਤੇ ਦਿਨਾਂ ਦੇ ਵਿੱਚ ਚੱਲਿਆ ਕਿ ਲੋਕੀ ਹੁਣ WhatsApp ਨੂੰ ਛੱਡਣ ਦੀ ਤਿਆਰੀਆਂ ਕਰ ਰਹੇ ਨੇ ਤੁਸੀਂ ਇਹਦੇ ਬਾਰੇ ਮੇਰੇ ਖਾ ਸ਼ੁਰੂਆਤੀ ਦਿਨਾਂ ਦੇ ਵਿੱਚ ਜਿੱਥੋਂ ਕਿਤੋਂ ਜਦੋਂ ਇਹ ਦੀ ਜਦੋਂ ਚਰਚਾ ਸ਼ੁਰੂ ਹੋਈ ਸੀ ਤੁਸੀਂ ਮੁੱਢਲੇ ਦਿਨਾਂ ਦੇ ਵਿੱਚ ਹੀ ਇਹਦੇ ਬਾਰੇ ਇੱਕ ਪੋਸਟ ਸਾਂਝੀ ਕੀਤੀ ਸੀ ਤੁਸੀਂ ਹੁਣ ਕੀ ਸੋਚ ਰਹੇ ਹੋ ਇਸ ਰੁਝਾਨ ਬਾਰੇ ਤੇ ਜਿਹੜਾ ਲੋਕਾਂ ਦਾ ਲੱਗਦਾ ਵੀ ਆਲਰੇਡੀ ਡਾਟਾ ਬਾਕੀ ਐਪਸ 'ਤੇ ਲੈ ਹੀ ਰਹੀਆਂ ਨੇ ਵੀ ਕੋਈ ਐਡਾ ਵੱਡਾ ਫਰਕ ਨਹੀਂ ਪੈਣ ਵਾਲਾ ਤੁਹਾਡੀ ਕੀ ਟਿੱਪਣੀ ਹੈ ਜੀ ਅ ਦੇਖੋ ਇਸ ਤਰ੍ਹਾਂ ਹੈ ਵੀਰੇਡੀ ਕੇ ਇਸ ਵੇਲੇ ਬਿਲਕੁਲ ਇਹ ਇੱਕ ਹੜਬੜੀ ਮੈਂ ਕਹੂੰਗਾ ਹੜਬੜੀ ਲਫ਼ਜ਼ ਉਹ ਸਹੀ ਹੋਊਗਾ ਕਿ ਹੜਬੜੀ ਮਚ ਗਈ ਹੋਈ ਹੈ ਹਮ ਜਿਹੜੇ ਕਿਉਂਕਿ ਜਿਹੜੇ ਮੇਰੇ ਫੋਨ ਦੇ ਵਿੱਚ ਮੇਰੇ ਕੋਲੇ ਸੇਵ ਨੰਬਰ ਨੇ ਉਹਨਾਂ ਦੀ ਲਿਸਟ ਬੜੀ ਵੱਡੀ ਆ ਜੀ ਉਹ 4200 ਦੇ ਕਰੀਬ ਹੈ ਤੇ ਉਹ ਸਾਰੀ ਦਿਹਾੜੀ ਜਿਹੜਾ ਆਉਂਦਾ ਨਾ ਦੀ ਇਹ ਆਉਂਦਾ ਕਿ ਉਹ ਚਾਹੇ ਸਿਗਨਲ ਹੈ ਤੇ ਚਾਹੇ ਉਹ ਟੈਲੀਗ੍ਰam ਹੈ ਵੀ ਹੁਣ ਇਹਨੇ ਵੀ ਜੁਆਇਨ ਕਰ ਲਿਆ ਇਹਨੇ ਵੀ ਜੁਆਇਨ ਕਰ ਲਿਆ ਮੈਂ ਉਹ ਹੀ ਡਿਲੀਟ ਜਿਹੜੀ ਜੀ ਉਹ ਕਰੀ ਜਾਂਦਾ ਹਾਂ ਜੀ ਹਾਂਜੀ ਤੇ ਉਹ ਲੰਬੀ ਲਿਸਟ ਹੈ ਤੋਂ ਲੋਕਾਂ ਦੇ ਵਿੱਚ ਇੱਕ ਦਰ ਭੌ ਜਿਹੜਾ ਦੀ ਉਹ ਪੈਦਾ ਹੋ ਗਿਆ ਵੀ ਪਤਾ ਨਹੀਂ ਇੱਧਰ ਕੀ ਹੋ ਗਿਆ ਹਾਲਾਂਕਿ ਅੱਜ ਜਿਹੜਾ ਵਟਸਐਪ ਹੈ ਉਹਨੇ ਇੱਕ ਜਾਰੀ ਕੀਤੀ ਹੈ ਇਹ ਗੱਲ ਵੀ ਨਹੀਂ ਨਹੀਂ ਅਸੀਂ ਤੁਹਾਡੀ ਪ੍ਰਾਈਵੇਸੀ ਜਿਹੜੀ ਆ ਨਿੱਜਤਾ ਜਿਹੜੀ ਆ ਉਹਦੇ ਉੱਤੇ ਕਿਸੇ ਕਿਸਮ ਦਾ ਹਮਲਾ ਨਹੀਂ ਕਰਨਾ ਪਰ ਇਹ ਬਹੁਤ ਲੇਟ ਹੋ ਗਿਆ ਬਹੁਤ ਲੇਟ ਹੋ ਗਿਆ ਕਿਉਂਕਿ ਤੁਸੀਂ ਜਾਣਦੇ ਹੋ ਜੀ ਤਕਰੀਬਨ ਜਿਹੜਾ ਮੈਂ ਅੱਜ ਦੇਖ ਰਿਹਾ ਸੀਗਾ ਜਿਹੜਾ ਆਪਣੇ ਟੈਲੀਗ੍ਰam ਹੈ ਉਹਨਾਂ ਨੇ ਜਿਹੜੀ ਆਫੀਸ਼ੀਅਲ ਜਾਣਕਾਰੀ ਜਿਹੜੀ ਉਹ ਤੁਹਾਨੂੰ ਭੇਜਦੇ ਆ ਉਹ ਕਹਿੰਦੇ ਸਾਡੇ ਜਿਹੜੇ ਸਬਸਕ੍ਰਾਈਬਰ ਨੇ ਪੂਰੇ ਵਿਸ਼ਵ ਦੇ ਵਿੱਚ ਉਹ 500 ਮਿਲੀਅਨ ਹੋ ਗਏ ਜੀ ਤੁਸੀਂ ਅੰਦਾਜ਼ਾ ਲਾਓ ਕਿ ਉਹਨਾਂ ਨੂੰ ਕਿਵੇਂ ਇਹ ਇਹ ਤਾਂ ਉਹੋ ਜਿਹਾ ਹੋ ਗਿਆ ਜੀ ਜਿਵੇਂ ਇਸ ਤਰੀਕੇ ਦੇ ਨਾਲ ਇੱਥੇ ਇਹ ਇੱਕ ਫੋਨ ਜਿਹੜਾ ਹੈਗਾ Jio ਦਾ ਉਹ ਲੋਕਾਂ ਨੇ ਛੱਡਿਆ ਦੂਜੀਆਂ ਕੰਪਨੀਆਂ ਨੂੰ ਫਾਇਦਾ ਹੋ ਗਿਆ ਇਹਦੇ ਵਿੱਚ ਜਿਹੜਾ ਜੀ ਮਤਲਬ ਕਿ ਫਾਇਦਾ ਦੂਜੀਆਂ ਕੰਪਨੀਆਂ ਨੂੰ ਹੋ ਗਿਆ ਕਿਉਂਕਿ ਅਸੀਂ ਗੁਲਾਮ ਹੋ ਗਏ ਇਹਨਾਂ ਚੀਜ਼ਾਂ ਦੇ ਜੀ ਕਿਤੇ ਨਾ ਕਿਤੇ ਇੰਨਾ ਲੱਗਦਾ ਹੈ ਕਿ ਠੀਕ ਹੈ ਇੱਕ ਐਪ ਜਿਹੜਾ ਉਹ ਉਹ ਸਾਡਾ ਹੁਣ ਪ੍ਰਾਈਵੇਸੀ ਜਿਹੜੀ ਉਹਦੇ ਤੇ ਹਮਲਾ ਕਰੂਗਾ ਚਲੋ ਅਸੀਂ ਦੂਜੇ ਦੇ ਉੱਤੇ ਜਿਹੜਾ ਦੀ ਉਹ ਚੱਲੇ ਜਾਂਦੇ ਆ ਢੜਾ ਢੜਾ ਅਸੀਂ ਉਧਰ ਜਾਣ ਲੱਗੇ ਕਾਲਰ ਜਿਹੜੇ ਇੱਕ ਸੰ ਦਾ ਤੁਸੀਂ ਵੀ ਜਿਹੜੀ ਉਹਦੇ ਵਿੱਚ ਇਨਪੁਟ ਪਾ ਰਹੇ ਸੀ ਉਹ ਬਿਲਕੁਲ ਸਹੀ ਹੈ ਇਹ ਆਲਰੇਡੀ ਸਾਰਾ ਕੁਝ ਤੁਹਾਡਾ ਹਾਸਲ ਕਰ ਚੁੱਕੇ ਹੋਏ ਨੇ ਜੀ ਜੀ ਅਸੀਂ ਸਾਨੂੰ ਇਹ ਨਸ਼ਾ ਜਿਹੜਾ ਦੀ ਉਹ ਲੱਗ ਗਿਆ ਹੋਇਆ ਆਲਰੇਡੀ ਔਰ ਇਹ ਆਉਣ ਵਾਲੇ ਸਮੇਂ ਦੇ ਦੌਰਾਨ ਹੋਰ ਜਿਹੜਾ ਜੀ ਉਹ ਲੱਗਣਾ ਤੁਸੀਂ ਇੱਕ ਜਗ੍ਹਾ ਤੇ ਜਾਓਗੇ ਜਿਹੜਾ ਵੱਡਾ ਹੋ ਗਿਆ ਉਹਨੇ ਵੀ ਕੱਲ ਨੂੰ ਕਿਉਂਕਿ ਡਾਟਾ ਵਿਕਦਾ ਹੈ ਇਹ ਇਹ ਸਾਨੂੰ ਨਹੀਂ ਭੁੱਲਣਾ ਚਾਹੀਦਾ ਜੀ ਇਹ ਇੱਥੋਂ ਕਮਾਉਂਦੇ ਕਿੱਥੋਂ ਨੇ ਹੂੰ ਕਿਉਂਕਿ ਅੱਜ ਤੋਂ ਜੇ ਕੁਝ ਸਮਾਂ ਪਹਿਲਾਂ ਆਪਾਂ ਜਾਈਏ ਤਾਂ ਆਪਣੀਆਂ ਜਿਹੜੀਆਂ ਦੁਕਾਨਾਂ ਨੇ ਕੈਨੇਡਾ ਦੇ ਵਿੱਚ ਪੰਜਾਬੀ ਦੀਆਂ ਉਹਨਾਂ ਦੇ ਉੱਤੇ ਹੁੰਦਾ ਸੀਗਾ ਨਾ ਦੀ ਇੰਟਰਨੈਸ਼ਨਲ ਕਾਲਿੰਗ ਦੇ ਵਾਸਤੇ ਕਾਰਡ ਹੁੰਦਾ ਸੀ ਨੀਨ ਉਹ ਸਾਈਨ ਲੱਗੇ ਹੁੰਦੇ ਸੀ ਉਹ ਸਾਰਾ ਖਤਮ ਹੋ ਗਿਆ ਨਾ ਜੀ ਜੀ ਉਹ ਉਹ ਅੱਛਾ ਤੁਹਾਨੂੰ ਕੀ ਲੱਗਦਾ ਕਿ ਜੇ ਉਹ ਖਤਮ ਹੋ ਗਿਆ ਤੇ ਇਹ ਕੰਪਨੀਆਂ ਪੱਲਿਓਂ ਦੇਣ ਲੱਗੀਆਂ ਲਓ ਇਹ ਕਿੱਥੋਂ ਕਮਾ ਰੀਆਂ ਨੇ ਤੁਹਾਨੂੰ ਇਹ ਜਿਹੜਾ ਦੀ ਉਹ ਸਮਝਣ ਦੀ ਲੋੜ ਹੈ ਉਹ ਇਹ ਹੈ ਕਿ ਨੱਕ ਨਾਲ ਉਹ ਲਾ ਕੇ ਗੱਲ ਨਾ ਲਾ ਲਿਆ ਤੁਸੀਂ ਇੱਕ ਛੱਡੋਗੇ ਦੂਜੀ ਜਗ੍ਹਾ ਤੇ ਚਲ ਜਿਓਗੇ ਕੱਲ ਨੂੰ ਤੁਹਾਡਾ ਡਾਟਾ ਜਿਹੜਾ ਦੀ ਉਹ ਵੇਚੂਗਾ ਮੈਂ ਜੋ ਨਿੱਜੀ ਤੌਰ ਦੇ ਤੇ ਜਿਹੜਾ ਦੀ ਉਹ ਸਮਝਦਾ ਮੈਂ ਗਲਤ ਵੀ ਹੋ ਸਕਦਾ ਉਹਦੇ ਵਿੱਚ ਕਿ ਉਹਨੂੰ ਡਿਲੀਟ ਨਾ ਕਰੋ ਤੁਸੀਂ ਰੱਖੋ ਉਹਨੂੰ ਜੇ ਤੁਹਾਨੂੰ ਲੱਗਦਾ ਹੈ ਕਿ ਡਾਟਾ ਉਹ ਸੁਰੱਖਿਅਤ ਨਹੀਂ ਰਿਹਾ ਦੂਜੀ ਜਗ੍ਹਾ ਤੋਂ ਭੇਜਣਾ ਹੈ ਡਾਟਾ ਉੱਥੋਂ ਭੇਜ ਰੋ ਤੇ ਇਹਨੂੰ ਇਹਦੇ ਉੱਤੇ ਵੀ ਰਹੋ ਕਿਉਂਕਿ ਤੁਹਾਨੂੰ ਮੈਸੇਜ ਜਿਹੜੇ ਨੇ ਉਹ ਆਉਂਦੇ ਰਹਿਣ ਕਿਉਂਕਿ ਅਸੀਂ ਛੱਡ ਨਹੀਂ ਸਕਦੇ ਜੀ ਇਹ ਇੱਕ ਸਿੰਪਲ ਜੀ ਗੱਲ ਹੈ ਨਹੀਂ ਛੱਡ ਸਕਦੇ ਇਹ ਸਾਡੇ ਜ਼ਿੰਦਗੀ ਦਾ ਇੱਕ 파ਰਟ ਬਣ ਗਿਆ ਹੋਇਆ ਇਹ ਤੇ 파ਰਟ ਇਸ ਕਦਰ ਬਣ ਗਈ ਪੰਨੋ ਸਾਹਿਬ WhatsApp ਆਪਣੇ ਆਪ ਦੇ ਵਿੱਚ ਇੱਕ ਵਰਬ ਬਣ ਗਿਆ ਮੈਨੂੰ WhatsApp ਕਰ ਦੇ ਮਤਲਬ ਤੁਸੀਂ ਸੋਚੋ ਵੀ ਕਿਸ ਹੈ ਨਾ ਨੀਤਾ ਪਹਿਲਾਂ ਹੁੰਦਾ ਸੀ ਮੈਨੂੰ ਮੈਸੇਜ ਕਰ ਦੇ ਉਹ ਜਿਹੜੇ ਕਿਸੇ ਉਹ ਉਹ ਭਾਸ਼ਾ ਦੀ ਡਿਕਸ਼ਨਰੀ ਦੇ ਵਿੱਚ ਹੁੰਦਾ ਵੀ ਹਾਂ ਮੈਨੂੰ ਸੁਨੇਹਾ ਭੇਜ ਦੇ ਹੁਣ ਇਹ ਤਾਂ ਆਪਣੇ ਆਪ ਦੇ ਵਿੱਚ ਪ੍ਰੋਪਰ ਨਾਉਨ ਵੀ ਬਣ ਗਿਆ ਤੇ ਤੇ ਵਰਬ ਵੀ ਬਣ ਗਿਆ ਵੀ WhatsApp ਕਰ ਦੇ ਬਿਲਕੁਲ ਜਿਹੜੀ ਕਾਲ ਹੈ ਨਾ ਉਹ ਤੇ ਰੈਗੂਲਰ ਕਾਲ ਹੈ ਉਹਦੇ ਉੱਤੇ ਬੰਦਾ ਕਹਿੰਦਾ ਵਾਟਸਐਪ ਕਾਲ ਕਰੀ ਮੈਂ ਜ਼ਰੂਰੀ ਗੱਲ ਕਰਨੀ ਹੈ ਬਿਲਕੁਲ ਅੱਛਾ ਪੰਨੂ ਸਾਹਿਬ ਨੂੰ ਹੋਰ ਕਈ ਜ਼ਰੂਰੀ ਗੱਲਾਂ ਨੇ ਜਿਹੜੀਆਂ ਤੁਹਾਡੇ ਤੁਹਾਡੇ ਤੋਂ ਅਸੀਂ ਜਾਣਨੀਆਂ ਚਾਹਾਂਗੇ ਅੱਜ ਲੋਹੜੀ ਦਾ ਤਿਉਹਾਰ ਸੀ ਸੋ ਦਿੱਲੀ ਦੀ ਸਰਹੱਦਾਂ ਤੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਜਿਹੜੇ ਕਾਪੀਆਂ ਸੀ ਤੁਸੀਂ ਕੱਲ ਵੀ ਦੱਸਿਆ ਸੀ ਵੀ ਇਹ ਐਲਾਨ ਕੀਤਾ ਗਿਆ ਉਹਨਾਂ ਨੂੰ ਧੂਣੀ ਦੇ ਵਿੱਚ ਸਾੜ ਕੇ ਲੋਹੜੀ ਮਨਾਈ ਗਈ ਜੀ ਬਿਲਕੁਲ ਜੀ ਅ ਅੱਜ ਲੋਹੜੀ ਦਾ ਤਿਉਹਾਰ ਹੈ ਵੈਸੇ ਲੋਹੜੀ ਦਾ ਤਿਉਹਾਰ ਇੱਕ ਸੂਰਮੇ ਦੇ ਨਾਲ ਜਿਹੜਾ ਜੁੜਿਆ ਹੋਇਆ ਦੁੱਲਾ ਭੱਟੀ ਦੇ ਨਾਲ ਸੁੰਦਰ-ਮੁੰਦਰੀਏ ਲੜਕੀਆਂ ਨੇ ਅੱਜ ਬਹੁਤ ਸਾਰੀਆਂ ਸੁੰਦਰ ਤੇ ਮੁੰਦਰੀ ਜਿਹੜੀਆਂ ਲੜਕੀਆਂ ਨੇ ਉਹ ਮੈਂ ਇੱਕ ਰਿਪੋਰਟ ਪੜ੍ਹ ਰਿਆ ਸੀਗਾ ਜਿਹੜੀ ਉਚਰਨਜੀਤ ਭੁੱਲਰ ਹੋਰਾਂ ਦੀ ਕਿ ਪੰਜਾਬ ਦੇ ਵਿੱਚ ਕਿੰਨੇ ਪਿੰਡਾਂ ਦੇ ਵਿੱਚ ਉਹ ਲੜਕੀਆਂ ਨੇ ਜਿਨ੍ਹਾਂ ਦੇ ਮਾਂ ਪਿਓ ਉਹਨਾਂ ਦੇ ਸਿਰ ਦੇ ਉੱਤੇ ਨਹੀਂ ਰਹੇ ਕਿਸੇ ਨੂੰ ਦਾਦੀ ਪਾਲ ਰਹੀ ਆ ਦਾਦੀ ਵੀ ਨਹੀਂ ਰਹੀ ਤੇ ਕਿਸੇ ਨੂੰ ਤਾਇਆ ਤਾਈ ਜਿਹੜਾ ਦੀ ਉਹ ਪਾਲ ਰਹੇ ਆ ਇਹ ਕਿਸਾਨ ਪਰਿਵਾਰਾਂ ਦੇ ਵਿੱਚੋਂ ਜਿਹੜੀਆਂ ਸੁੰਦਰ ਮੁੰਦਰੀਆਂ ਨੇ ਜੀ ਕਿ ਉਹਨਾਂ ਦਾ ਵਿਚਾਰਾ ਕੋਈ ਨਹੀਂ ਹੈਗਾ ਮਤਲਬ ਕਿ ਉਹਨਾਂ ਉਹਨਾਂ ਦੇ ਸਿਰ ਦੇ ਉੱਤੇ ਛੱਤ ਵੀ ਕਈਆਂ ਦੇ ਉੱਤੇ ਨਹੀਂ ਹੈਗੀ ਉਹ ਬੰਦੇ ਹਾਲਾਤਾਂ ਦੇ ਵਿੱਚ ਨੇ ਇਹ ਇੱਕ ਪੰਜਾਬ ਦੇ ਸੂਰਮੇ ਦੀ ਗਾਥਾ ਦੇ ਨਾਲ ਜੁੜਿਆ ਹੋਇਆ ਜਿਹੜਾ ਦੀ ਉਹ ਤਿਹਾਰ ਸੀਗਾ ਧੀਆਂ ਦੀ ਬੇਪਤੀ ਰੋਕਣ ਦੇ ਵਾਸਤੇ ਪਰ ਪਤਾ ਨਹੀਂ ਕਿੱਥੋਂ ਇਹ ਇਹ ਜਿਹੜਾ ਤਿਹਾਰ ਸੀਗਾ ਉਹ ਪੁੱਤਾਂ ਦੀ ਲੋਹੜੀ ਤੇ ਨਵੇਂ ਵਿਆਹਾਂ ਦੇ ਮੁੰਡੇ ਵਾਲਿਆਂ ਦੇ ਘਰ ਘਰਾਂ ਦੇ ਵਿੱਚ ਜਿਹੜਾ ਦੀ ਉਹ ਤਿਹਾਰ ਬਣ ਗਿਆ ਹਾਂ ਪੰਜਾਬੀਆਂ ਨੇ ਇਹਨੂੰ ਬਦਲਣ ਦੀ ਕੋਸ਼ਿਸ਼ ਪਿਛਲੇ ਸਾਲਾਂ ਦੇ ਦੌਰਾਨ ਕੀਤੀ ਹੈ ਇਹਦੀ ਸਿਫਤ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਲੋਕ ਧੀਆਂ ਦੀ ਲੋਹੜੀ ਜਿਹੜੀ ਉਹ ਬਾਲਣ ਲੱਗ ਗਏ ਅੱਜ ਲੋਹੜੀ ਦਾ ਤਿਹਾਰ ਹੈ ਔਰ ਅੱਜ ਜਿਹੜਾ ਸੀਗਾ ਦੀ ਸਿੰਘੂ ਸਰਹੱਦ ਦੇ ਉੱਤੇ ਟਿੱਕਰੀ ਸਰਹੱਦ ਦੇ ਉੱਤੇ ਗਾਜੀਪੁਰ ਸਰਹੱਦ ਦੇ ਉੱਤੇ ਸ਼ਾਜਹਾਂਪੁਰ ਸਰਹੱਦ ਦੇ ਉੱਤੇ ਪਲਵਲ ਸਰਹੱਦ ਦੇ ਉੱਤੇ ਸਾਰੇ ਜਗ੍ਹਾ ਇੱਕ ਇੱਕ ਲੱਖ ਬਿੱਲ ਜਿਹੜੇ ਸੀਗੇ ਇੱਕ ਜਗ੍ਹਾ ਦੇ ਉੱਤੇ ਪਹੁੰਚੇ ਉਹਨਾਂ ਦੀਆਂ ਕਾਪੀਆਂ ਪਹੁੰਚੀਆਂ ਹੂੰ ਹੂੰ ਤੇ ਇਹਨਾਂ ਕਾਨੂੰਨਾ ਦੀਆਂ ਜੜੀਆਂ ਕਾਪੀਆਂ ਸੀ ਉਹਨਾਂ ਨੂੰ ਅੱਗ ਲਾਈ ਗਈ ਇਹਨਾਂ ਨੂੰ ਜਿਹੜਾ ਸੀਗਾ ਉਹ ਲੋਹੜੀ ਦੀ ਅੱਗ ਦੇ ਵਿੱਚ ਸਾੜਿਆ ਗਿਆ ਕਿਉਂਕਿ ਇੱਕ ਜਿਹੜੀ ਪ੍ਰਾਤਨ ਲੋਕਗੀਤ ਹੀ ਮੈਂ ਉਹਨੂੰ ਕਹੂੰਗਾ ਚਲੋ ਗੀਤ ਦੇ ਰੂਪ ਦੇ ਵਿੱਚ ਨਹੀਂ ਉਹ ਲਾਈਨ ਦੇ ਰੂਪ ਦੇ ਵਿੱਚ ਹੈ ਲੋਕਾਂ ਦਾ ਗੀਤ ਲੋਕਗੀਤ ਜੜਾ ਦੀ ਕਿ ਈਸ਼ਰਾਂ ਦਲਿੱਦਰ ਜਾਂ ਦਲਿੱਦਰ ਦੀ ਜੜ ਚੁੱਲ੍ਹੇ 'ਪਾ ਹੂੰ ਹੂੰ ਇਹ ਜਿਹੜਾ ਦੀ ਉਹ ਇਹ ਗਾਇਆ ਜਾਂਦਾ ਇਹ ਗੀਤ ਹੈ ਸ਼ਾਇਦ ਕਿਤੇ ਨਾ ਕਿਤੇ ਇਹ ਵਿਦੇ ਦੀ ਮੈਂ ਅਜ ਸ਼ਾਮ ਦਾ ਸੋਚ ਰਿਹਾ ਸੀ ਵੀ ਇਹ ਕਿੱਥੋਂ ਨਿਕਲਿਆ ਹੋਊਗਾ ਠੰਡ ਹੁੰਦੀ ਹੈ ਠੰਡ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਘਰਾਂ ਦੇ ਵਿੱਚ ਆ ਜਾਂਦੀਆਂ ਨੇ ਇਹ ਸਮਾਂ ਉਹ ਹੁੰਦਾ ਲੋਹੜੀ ਵਾਲਾ ਜਦੋਂ ਠੰਡ ਜਿਹੜੀ ਹੈ ਉਹ ਜਾਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਕਿ ਉਹ ਪਰਤਣੀ ਸ਼ੁਰੂ ਹੋ ਜਾਂਦੀ ਹੈ 21 ਦਸੰਬਰ ਇੱਥੋਂ ਦੇ ਮੁਤਾਬਕ ਸਭ ਤੋਂ ਛੋਟਾ ਦਿਨ ਹੁੰਦਾ ਉਸ ਤੋਂ ਬਾਅਦ ਫਿਰ ਦਿਨ ਜਿਹੜੇ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਠੰਡ ਤੋਂ ਬਾਅਦ ਜਿਵੇਂ ਬਸੰਤ ਆਉਂਦੀ ਵੀ ਆਈ ਬਸੰਤ ਪਾਲਾ ਉਡੰਤ ਬੜੀਆਂ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ ਠੰਡ ਦੇ ਵਿੱਚ ਬਿਮਾਰੀ ਸ਼ਮਾਰੀ ਆ ਜਾਂਦੀ ਆ ਉਹਨੂੰ ਦਲਿੱਦਰ ਕਿਹਾ ਜਾਂਦਾ ਉਸ ਬਿਮਾਰੀ ਨੂੰ ਕਿ ਇਸ਼ਰਾ ਦਲਿੱਦਰ ਜਾ ਈਸ਼ਰ ਮਤਲਬ ਕਿ ਸੁੱਖ ਸ਼ਾਂਤੀ ਚੰਗਾ ਮੌਸਮ ਜਿਹੜਾ ਆਵੇ ਦਲਿੱਦਰ ਜਾਵੇ ਦਲਿੱਦਰ ਦੀ ਜੜ ਚੁੱਲ੍ਹੇ 'ਪਾ ਉਹ ਤਿਲ ਜਿਹੜੇ ਆ ਦੀ ਉਹ ਸੁਟੇ ਜਾਂਦੇ ਤਿਲ ਜਿਹੜੇ ਆ ਉਹ ਗਰਮ ਹੈ ਗਰਮ ਚੀਜ਼ਾਂ ਜਿਹੜੀਆਂ ਉਹ ਖਾਧੀਆਂ ਜਾਂਦੀਆਂ ਨੇ ਇਹ ਉਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਉਹ ਜੁੜੀਆਂ ਹੋਈਆਂ ਚੀਜ਼ਾਂ ਨੇ ਅੱਜ ਜਿਹੜੇ ਕਿਸਾਨ ਨੇ ਉਹ ਦਲਿੱਦਰ ਉਹਨਾਂ ਨੇ ਕਿਹਾ ਖੇਤੀ ਕਾਨੂੰਨਾਂ ਨੂੰ ਇਹ ਜਿਹੜੇ ਦਲਿਤਰ ਆ ਅਸੀਂ ਉਹਨੂੰ ਅੱਗ ਦੇ ਵਿੱਚ ਸੁੱਟ ਰਹੇ ਹਾਂ ਔਰ ਇਹ ਨਾ ਸਿਰਫ ਇਹਨਾਂ ਹੱਦਾਂ ਸਰਹੱਦਾਂ ਦੇਤੇ ਬਲਕਿ ਪੰਜਾਬ ਦੇ ਵਿੱਚ ਤਕਰੀਬਨ ਪਿੰਡਾਂ ਦੇ ਵਿੱਚ ਜਿਹੜੀ ਲੋਹੜੀ ਬਾਲੀ ਗਈ ਉਹਨਾਂ ਦੇ ਵਿੱਚ ਇਹ ਖੇਤੀ ਬਿੱਲਾਂ ਦੇ ਜਿਹੜੇ ਕਾਗਜ਼ ਸੀਗੇ ਜੀ ਉਹ ਸੁੱਟ ਕੇ ਉਹਨਾਂ ਨੂੰ ਸਾੜਿਆ ਗਿਆ ਸਿੰਬੋਲਿਕ ਰੂਪ ਦੇ ਵਿੱਚ ਇਹਦਾ ਵਿਰੋਧ ਇਹਨਾਂ ਨੂੰ ਸਾੜ ਕੇ ਜਿਹੜਾ ਸੀ ਉਹ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਇਹ ਦੇਖੋ ਵੇਰੇ ਜੇ ਜਦੋਂ ਕਿਤੇ ਵੀ ਇਤਿਹਾਸ ਲਿਖਿਆ ਜਾਊਗਾ ਲਿਖਿਆ ਜਾਊਗਾ 100% ਕਿ ਇਹ ਐਜੀਟੇਸ਼ਨ ਕੀ ਸੀ ਕਿਵੇਂ ਸ਼ੁਰੂ ਹੋਈ ਕਿਵੇਂ ਏਡੀ ਵੱਡੀ ਹੋ ਗਈ ਕਿਵੇਂ ਵਿਸ਼ਵ ਦੇ ਵਿੱਚ ਜਿਹੜਾ ਦੀ ਛਾ ਗਈ ਉਦੋਂ ਇਹ ਚੀਜ਼ਾਂ ਵੀ ਮੈਂਸ਼ਨ ਹੋਣਗੀਆਂ ਕਿ ਜਦੋਂ ਇਹ ਐਜੀਟੇਸ਼ਨ ਚੱਲ ਰਹੀ ਸੀ ਉਦੋਂ ਇਹ ਤਿਹਾਰ ਕਿਵੇਂ ਮਨਾਏ ਗਏ ਜੀ ਲੋਹੜੀ ਦਾ ਤਿਹਾਰ ਕਿਵੇਂ ਮਨਾਇਆ ਗਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਭਾ ਹੁੰਦੀ ਹੈ ਵਡੇ ਸਾਹਿਬ ਜਦਿਆਂ ਦੀ ਸ਼ਹੀਦੀ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਮਾਤਾ ਗੁਜਰੀ ਜੀ ਦੀ ਸ਼ਹੀਦੀ ਉਹਨੂੰ ਕਿਵੇਂ ਜਿਹੜਾ ਸੀਗਾ ਦੀ ਯਾਦ ਕੀਤਾ ਗਿਆ ਉਥੇ ਸ਼ਹੀਦਾਂ ਨੂੰ ਆਉਂਦੇ ਦਿਨਾਂ ਦੇ ਦੌਰਾਨ ਸੁਭਾਸ਼ ਚੰਦਰ ਬੋਸਵਰਾ ਦਾ ਜਿਹੜਾ ਦੀ ਉਹ ਦਿਨ ਆ ਰਿਹਾ ਉਹਨੂੰ ਕਿਵੇਂ ਮਨਾਇਆ ਜਾਊਗਾ 26 ਜਨਵਰੀ ਆ ਰਹੀ ਹੈ ਉਹਨੂੰ ਕਿਵੇਂ ਜਿਹੜਾ ਦੀ ਉਹ ਮਨਾਇਆ ਜਾਊਗਾ ਇਹ ਚੀਜ਼ਾਂ ਇਤਿਹਾਸ ਨੇ ਯਾਦ ਰੱਖਣਾ ਹੈ ਤੁਹਾਨੂੰ ਜਿਹੜੇ ਤੁਹਾਡੇ ਪੁੱਤ ਪੋਤੇ ਦੋਤੇ ਦੋਤੀਆਂ ਅਜੇ ਦੁਨੀਆ 'ਚ ਆਉਣ ਵਾਲੇ ਉਹ ਕਿਸੇ ਟਾਈਮ ਪੁੱਛਣਗੇ ਜਦੋਂ ਉਹ ਨੈੱਟ ਦੇ ਉੱਤੇ ਸਰਚ ਕਰਨਗੇ ਕਿ ਐਦਾਂ ਦੀ ਐਜੀਟੇਸ਼ਨ ਕੋਈ ਹੋਈ ਸੀ ਉਹ ਤੁਹਾਨੂੰ ਪੁੱਛਣਗੇ ਅੱਛਾ ਫਿਰ ਉਸ ਸਮੇਂ ਦੇ ਉੱਤੇ ਕਿਵੇਂ ਸਾਰਾ ਕੁਝ ਚੱਲਿਆ ਸੀਗਾ ਇਹ ਚੀਜ਼ਾਂ ਯਾਦ ਰੱਖਣੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਯਾਦ ਰੱਖਣੀਆਂ ਇਹ ਬਹੁਤ ਕੁਝ ਅਸੀਂ ਉਹ ਦੇਖ ਰਹੇ ਹਾਂ ਜਿਹੜਾ ਕਿ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਦੌਰਾਨ ਵੇਖਣ ਦਾ ਮੌਕਾ ਨਾ ਮਿਲਿਆ ਹੋਵੇ ਜੀ ਅੱਛਾ ਪੰਨੂ ਸਾਹਿਬ ਹੁਣ ਜਦੋਂ ਸੁਪਰੀਮ ਕੋਰਟ ਵੱਲੋਂ ਕੱਲ ਜੋ ਗੱਲ ਕਹੀ ਗਈ ਕਿ ਅਸੀਂ ਕਾਨੂੰਨਾਂ ਤੇ ਰੋਕ ਲਗਾ ਰਹੇ ਹਾਂ ਤੇ ਕਮੇਟੀ ਬਣਾ ਰਹੇ ਹਾਂ ਉਹਨੂੰ ਲੈ ਕੇ ਪਹਿਲਾਂ ਹੀ ਕਾਫੀ ਸਾਰੇ ਖਦਸ਼ੇ ਸੀ ਕੱਲ ਤੁਸੀਂ ਵੀ ਬੜਾ ਵਿਸਤ੍ਰਿਤ ਐਨਾਲਿਸਿਸ ਉਹਦੇ ਬਾਰੇ ਸਾਂਝਾ ਕੀਤਾ ਸੀ ਹੁਣ ਜਿਹੜੀ ਉਹੀ ਗੱਲ ਹੈ ਜਿਹੜੇ ਉਹ ਖਦਸ਼ੇ ਸੀ ਬਾਕੀ ਜਿਹੜੇ ਮਾਹਰ ਨੇ ਹੁਣ ਉਹਦੇ ਵਿੱਚ ਹੋਰ ਵੀ ਗੱਲਾਂ ਐਡ ਹੋ ਰਹੀਆਂ ਨੇ ਕਿ ਜਿਹੜੀ ਇਹ ਸਾਰੀ ਦੀ ਸਾਰੀ ਗੱਲ ਕੀਤੀ ਗਈ ਹੈ ਮੁੱਖੀ ਗੱਲ ਇਹ ਹੋਈ ਵੀ ਐਂ ਲੱਗਦਾ ਵੀ ਜਿਵੇਂ ਸਰਕਾਰ ਨੇ ਸੁਪਰੀਮ ਕੋਰਟ ਨੂੰ ਵਰਤ ਲਿਆ ਹੋਵੇ ਆਪਣੀ ਗੱਲ ਅੱਗੇ ਰੱਖਣ ਲਈ ਦੋ ਚੀਜ਼ਾਂ ਦੇ ਵਿੱਚ ਇਹੋ ਲੱਗਦਾ ਹੈ ਕਿ ਸੁਪਰੀਮ ਕੋਰਟ ਜਿਹੜੀ ਜੀ ਉਹ ਵਰਤੀ ਗਈ ਇਹ ਵਰਤਨਾ ਲਫ਼ਜ਼ ਤੁਹਾਡਾ ਸਹੀ ਹੈ ਮੈਂ ਇਹਨੂੰ ਇਹਦੇ ਉੱਤੇ ਦੁਬਾਰਾ ਜਿਹੜੀ ਦੀ ਉਹ ਸਹੀ ਪਾਉਣਾ ਇਸ ਪੁਆਇੰਟ ਆਫ਼ 뷰 ਦੇ ਨਾਲ ਵੀ ਇੱਕ ਤਾਂ ਇਹ ਕਿ ਜਦੋਂ ਪਹਿਲੇ ਦਿਨ ਝਟਕਾ ਮਾਰੀਆਂ ਗਈਆਂ ਕੇਂਦਰ ਦੀ ਸਰਕਾਰ ਨੂੰ ਆਪਾਂ ਕਵਰ ਜਿਹੜਾ ਦੀ ਉਹ ਕੀਤੀਆਂ ਉਦੋਂ ਲੱਗਦਾ ਸੀਗਾ ਵੀ ਇਹ ਤਾਂ ਕਹਾਣੀ ਜਿਹੜੀ ਆ ਜੀ ਇਹ ਹੋਰ ਪਾਸੇ ਹੀ ਜਾ ਰਹੀ ਆ ਵੀ ਲੰਬੜਦਾਰ ਦੀ ਜਿਹੜੀ ਆ ਉਹਦੀ ਹਵੇਲੀ ਦਾ ਰੌਲਾ ਪੈ ਗਿਆ ਵੀ ਉਹਨੇ ਕਬਜ਼ਾ ਕੀਤਾ ਆ ਤੇ ਪਿੰਡ ਦੇ ਸਰਪੰਚ ਨੇ ਇੱਕ ਕਮੇਟੀ ਬਣਾਤੀ ਕਮੇਟੀ ਦੇ ਵਿੱਚ ਲੰਬੜਦਾਰ ਲੈ ਲਿਆ ਲੰਬੜਦਾਰ ਦੀ ਘਰ ਵਾਲੀ ਲੰਬੜਦਾਰ ਦਾ ਮੁੰਡਾ ਤੇ ਲੰਬੜਦਾਰ ਦੀ ਕੁੜੀ ਚਾਰ ਜਣਿਆਂ ਦੇ ਉੱਤੇ ਕਮੇਟੀ ਜਿਹੜੀ ਸੀ ਉਹ ਬਣਾਈ ਤੀ ਜੀ ਇਹ ਵੀ ਇਸੇ ਤਰੀਕੇ ਦੇ ਨਾਲ ਪਹਿਲੇ ਦਿਨ ਦਬਕੇ ਜਿਹੜੇ ਸੀ ਉਹ ਮਾਰ ਕੇ ਤੇ ਅਗਲੇ ਦਿਨ ਜਿਹੜੀ ਕਮੇਟੀ ਬਣਾਈ ਗਈ ਬਿਨਾਂ ਕਿਸੇ ਸ਼ੱਕ ਦੇ ਇਹਦੇ 'ਚ ਹੁਣ ਕੋਈ ਸ਼ੱਕ ਸ਼ੁਬਾ ਨਹੀਂ ਰਹਿ ਗਿਆ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਕਹੇ ਦੇ ਉੱਤੇ ਉਹਦੇ ਮੇਨ ਬੰਦਿਆਂ ਦੀ ਕਮੇਟੀ ਜਿਹੜੀ ਉਹ ਬਣਾਈ ਗਈ ਇਹਨਾਂ ਚਾਰ ਜਿਹੜੇ ਕਮੇਟੀ ਆ ਉਹਨਾਂ ਚੋਂ ਦੇ ਵਿੱਚੋਂ ਇੱਕ ਵੀ ਨਹੀਂ ਹੈਗਾ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਹੋਵੇ ਉਹ ਤਾਂ ਕਿਸਾਨਾਂ ਦੇ ਇਹ ਜਿਹੜੇ ਵਿਰੋਧ ਦੇ ਵਿੱਚ ਆਏ ਖੇਤੀ ਕਾਨੂੰਨ ਨੇ ਉਹਨਾਂ ਦੇ ਹੱਕ ਦੇ ਵਿੱਚ ਆ ਲਗਾਤਾਰ ਉਹ ਲਿਖਦੇ ਰਹੇ ਨੇ ਔਰ ਇਹ ਸਮਾਂ ਉਹ ਆ ਵਿਦਿਦਿ ਤੁਸੀਂ ਅੱਜ ਇਹ ਨਹੀਂ ਕਹਿ ਸਕਦੇ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਇਹ ਕਹਾਂ ਕਿ ਜੋ ਮੇਰੇ ਮੂੰਹ ਚ ਆਉਂਦਾ ਮੈਂ ਉਹ ਬੋਲ ਕੇ ਚੱਲ ਜਾਵਾਂ ਇਹ ਤਾਂ 5 ਮਿੰਟ ਲੱਗਣਗੇ ਆ ਗੂਗਲ ਦੇ ਉੱਤੇ ਸਰਚ ਕਰਕੇ ਮੇਰੀ ਗੱਲ ਛੱਟ ਦੇਣੀ ਝੂਠੀ ਜੜੀ ਉਹ اقرار ਦੇਤੀ ਜਾਊਗੀ ਝੂਠ ਬੋਲ ਕੇ ਗਿਆ ਏਅਰ ਦੇ ਉੱਤੇ ਜਿਹੜਾ ਜੀ ਫੈਕਟ ਚੈਕਿੰਗ ਸੌਖੀ ਹੋ ਗਈ ਬਿਲਕੁਲ ਫੈਕਟ ਚੈਕਿੰਗ ਸੌਖੀ ਹੋ ਗਈ ਐਗਜੈਕਟਲੀ ਹਮ ਔਰ ਦੂਸਰੀ ਗੱਲ ਲੋਕ ਇਹ ਕਹਿੰਦੇ ਆ ਮੇਰੇ ਕੋਲੇ ਜਾਣਕਾਰੀ ਇਸ ਲੈਵਲ ਤੱਕ ਦੀ ਆ ਜੇ ਇਹਦੇ ਤੋਂ ਉੱਪਰ ਦੀ ਤੇਰੇ ਕੋਲੇ ਜਾਣਕਾਰੀ ਆ ਤਾਂ ਗੱਲ ਕਰਨੀ ਤਾਂ ਸਾਈਡ ਤੇ ਹੋ ਜਾ ਜਦੋਂ ਇਹ ਚਾਰ ਬੰਦੇ ਜਿਹੜੇ ਸੀਗੇ ਪਾਏ ਗਏ ਤੇ ਹਾਰਡਲੀ 20 ਤੋਂ 25 ਮਿੰਟ ਜਿਹੜੇ ਸੀਗੇ ਉਹ ਲੱਗੇ ਉਹਨਾਂ ਲੋਕਾਂ ਦੀ ਅਸਲੀਅਤ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਉਣੀ ਸ਼ੁਰੂ ਕਰ ਦਿੱਤੀ ਵੀ ਇਹ ਲੋਕ ਕੌਣ ਨੇ ਜੀ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਸੀ ਅੱਛਾ ਹੁਣ ਕੁਝ ਜਿਹੜੇ ਫੈਕਟਸ ਇਹਦੇ ਉੱਤੇ ਇਹ ਆਉਣੇ ਸ਼ੁਰੂ ਹੋ ਗਏ ਜਿਹੜੇ ਐਕਸਪਰਟ ਨੇ ਉਹ ਇਹ ਕਹਿੰਦੇ ਆ ਕਿ ਜਿਹੜੇ ਇਹ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸੀ ਕਿਸੇ ਵੀ ਪਟੀਸ਼ਨ ਦੇ ਵਿੱਚ ਇਹ ਗੱਲ ਨਹੀਂ ਸੀ ਆਖੀ ਗਈ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਟੈਂਪਰੇਰੀ ਤੌਰ ਦੇ ਉੱਤੇ ਇਹਨਾਂ ਦੇ ਉੱਤੇ ਰੋਕ ਲਾ ਦਿੱਤੀ ਜਾਵੇ ਕਿਸੇ ਪਟੀਸ਼ਨ ਚ ਮੰਗ ਨਹੀਂ ਕੀਤੀ ਗਈ ਕਿਸੇ ਵੀ ਪਟੀਸ਼ਨ ਚ ਜਿੰਨੀਆਂ ਪਈਆਂ ਨੇ ਆ ਜਿਹੜੇ ਐਕਸਪਰਟ ਨੇ ਉਹ ਇਹ ਕਹਿੰਦੇ ਆ ਕਿ ਜਦੋਂ ਮੰਗ ਨਹੀਂ ਕੀਤੀ ਗਈ ਤੇ ਫਿਰ ਸੁਪਰੀਮ ਕੋਰਟ ਨੇ ਇਹਦੇ ਉੱਤੇ ਟੈਂਪੋਰਰੀ ਰੋਕ ਕਿਵੇਂ ਲਾਤੀ ਹ ਹ ਇਹਦੇ ਵਾਸਤੇ ਉਹ ਇੱਕ ਨਾਲ ਤਰਕ ਦਿੰਦੇ ਆ ਕਿ ਕਈ ਪਟੀਸ਼ਨਾਂ ਪਹਿਲਾਂ ਸਾਹਮਣੇ ਆਈਆਂ ਇੱਕ ਤਾਂ ਆਧਾਰ ਕਾਰਡ ਦੇ ਬਾਰੇ ਦੇ ਵਿੱਚ ਜਦੋਂ ਇਹ ਪਟੀਸ਼ਨ ਸੀ ਉਹ ਇੱਕ ਸਾਹਮਣੇ ਆਈਆਂ ਬਹੁਤ ਸਾਰੀਆਂ ਜੀ ਫਿਰ ਜਿਹੜੀਆਂ ਪਾਰਟੀਆਂ ਫੰਡਸ ਇਕੱਠੇ ਕਰਦੀਆਂ ਨੇ ਚੋਣਾਂ ਦੇ ਵਾਸਤੇ ਉਹ ਉਸ ਮਾਮਲੇ ਦੇ ਵਿੱਚ ਕਿਉਂਕਿ ਸਰਕਾਰ ਨੇ ਇਹ ਕਰਤਾ ਵੀ ਤੁਹਾਨੂੰ ਦੱਸਣਾ ਜ਼ਰੂਰੀ ਨਹੀਂਗਾ ਵੀ ਫੰਡ ਕਿੱਥੋਂ ਆਏ ਆ ਇਹਦੇ ਬਾਰੇ ਪਟੀਸ਼ਨ ਪਈ ਸੀ ਵੀ ਇਹ ਤਾਂ ਬੜਾ ਖਤਰਨਾਕ ਹੋ ਜੂਗਾ ਜਿਹੜਾ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਹੈ ਉਹਦੇ ਬਾਰੇ ਬੜੀਆਂ ਬੜੀਆਂ ਸਾਰੀਆਂ ਪਟੀਸ਼ਨਾਂ ਆਈਆਂ ਹੂੰ ਹੂੰ ਇਹ ਉਹ ਪਟੀਸ਼ਨਾਂ ਸਿਗੀਆਂ ਤਿੰਨ ਘਟੋ ਘਟ ਜਿਹਦੇ ਵਿੱਚ ਹਰ ਇੱਕ ਦੇ ਵਿੱਚ ਮੰਗ ਕੀਤੀ ਗਈ ਕਿ ਮਾਨਯੋਗ ਸੁਪਰੀਮ ਕੋਰਟ ਜੜੀ ਆ ਉਹ ਇਹਦੇ ਉੱਤੇ ਟੈਂਪਰੇਰੀ ਸਟੇ ਲਾ ਦਵੇ ਕਿ ਜਿੰਨੀ ਦੇਰ ਤੱਕ ਇਹਨਾਂ ਪਟੀਸ਼ਨਾਂ ਦਾ ਫੈਸਲਾ ਨਹੀਂ ਹੋ ਜਾਂਦਾ ਉੰਨੀ ਦੇਰ ਤੱਕ ਇਹ ਇੰਪਲੀਮੈਂਟ ਨਹੀਂ ਕੀਤੇ ਜਾਣਗੇ ਇਹ ਲਿਖਿਆ ਹੋਇਆ ਸੀ ਜ਼ੋਰਦਾਰ ਤਰੀਕੇ ਨਾਲ ਮੰਗ ਕੀਤੀ ਗਈ ਸੀ ਕਿਸੇ ਜਗ੍ਹਾ ਦੇ ਉੱਤੇ ਇਹ ਨਹੀਂ ਮੰਨੀ ਗਈ ਮਤਲਬ ਕਿ ਚਾਹੇ ਉਹ ਆਧਾਰ ਕਾਰਡ ਵਾਲਾ ਮਾਮਲਾ ਚਾਹੇ ਉਹ ਚੋਣਾਂ ਦੇ ਫੰਡਸ ਵਾਲਾ ਮਾਮਲਾ ਚਾਹੇ ਉਹ CAA ਵਾਲਾ ਮਾਮਲਾ ਉਹਨਾਂ ਨੂੰ ਨਹੀਂ ਜਿਹੜਾ ਜੀ ਉਹ ਰੋਕਿਆ ਗਿਆ ਜਦੋਂ ਇਹ ਪਟੀਸ਼ਨਰ ਸਾਹਮਣੇ ਆਈਆਂ ਇਹਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਰੋਕਣ ਦੀ ਗੱਲ ਨਹੀਂ ਕੀਤੀ ਗਈ ਤੇ ਸੁਪਰੀਮ ਕੋਰਟ ਨੇ ਇਹਨੂੰ ਰੋਕ ਕਿਵੇਂ ਦਿੱਤਾ ਜੀ ਇਹਦੇ ਉੱਤੇ ਕਈ ਕਿਸਮ ਦੇ ਸਵਾਲ ਜਿਹੜੇ ਅ디 ਉਹ ਆਉਣੇ ਸ਼ੁਰੂ ਹੋ ਗਏ ਔਰ ਜਿਹੜੇ ਐਕਸਪਰਟ ਨੇ ਜਿਹੜੇ ਲਾਅ ਦੇ ਐਕਸਪਰਟ ਨੇ ਉਹ ਇਹ ਗੱਲ ਕਹਿੰਦੇ ਆ ਕਿ ਜਿਹੜੀ ਗੱਲ ਸਰਕਾਰ ਕਿਸਾਨਾਂ ਤੋਂ ਨਹੀਂ ਕਰਵਾ ਸਕੀ ਉਹ ਗੱਲ ਸਰਕਾਰ ਨੇ ਸੁਪਰੀਮ ਕੋਰਟ ਦੇ ਰਾਹੀਂ ਜਿਹੜਾ ਦੀ ਉਹ ਕਰਵਾ ਦਿੱਤੀ ਮੈਂ ਕਿ ਵੀ ਇੱਕ ਦਿਨ ਜਿਹੜਾ ਦੀ ਉਹ ਗੱਲ ਕੀਤੀ ਸੀ ਵੀ ਉਰਦੂ ਦਾ ਜਿਹੜਾ ਸ਼ੇਰ ਹੈ ਕਿ ਲਮਹوں میں خطا کی صدیوں میں سزا پائی ਉਹ ਉਹ ਕਿਉਂ ਜਿਹੜਾ ਦੀ ਇਹ ਹੋਣਾ ਸ਼ੁਰੂ ਹੋਇਆ ਕਿਉਂਕਿ ਜਿਵੇਂ ਜਿਹੜੇ ਚੀਫ ਜਸਟਿਸ ਸਾਫ ਦਾ ਜਿਹੜੇ ਸੀਗੇ ਦੀ ਰੰਜਨ ਗੋਗੋਈ ਉਹਨਾਂ ਦੇ ਉੱਤੇ ਕੋਲੋਂ ਕੁਝ ਫੈਸਲੇ ਲਏ ਜਾਣੇ ਤੇ ਮੁੜ ਕੇ ਕੁਝ ਸਮੇਂ ਬਾਅਦ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਜਿਹੜਾ ਜੀ ਉਹ ਨਿਯੁਕਤ ਕਰ ਦੇਣਾ ਇਹਨੀ ਜਿਹੜੀ ਜੁਡੀਸ਼ਰੀ ਆ ਉਹਦੇ ਉੱਤੇ ਅਨਿਸ਼ਵਾਸ ਜਿਹੜਾ ਦੀ ਉਹ ਪੈਦਾ ਕੀਤਾ ਜਿਹੜਾ ਕਿ ਖਤਰਨਾਕ ਹੈ ਖਤਰਨਾਕ ਹੈ ਹਾਲਾਂਕਿ ਜਿਹੜੀਆਂ ਕਿਸਾਨ ਦਿੱਥੇ ਬੰਦੀਆਂ ਨੇ ਉਹ ਇਹ ਗੱਲ ਕਹਿੰਦੀਆਂ ਨੇ ਉਹ ਇਸ ਮਾਮਲੇ ਦੇ ਉੱਤੇ ਬਹੁਤ ਜਿਹੜਾ ਜੀ ਉਹ ਸੌਫਟ ਤੇ ਵਧੀਆ ਤਰੀਕੇ ਦੇ ਨਾਲ ਸਾਈਡ ਤੇ ਹੋ ਰਹੀਆਂ ਨੇ ਵੀ ਅਸੀਂ ਪਟੀਸ਼ਨ ਕਰਤਾ ਨਹੀਂ ਨਾ ਅਸੀਂ ਪਟੀਸ਼ਨ ਕਰਤਾ ਨਾ ਅਸੀਂ ਕੋਈ ਧਿਰ ਅਸੀਂ ਨਹੀਂ ਇਸ ਮਾਮਲੇ ਦੇ ਉੱਤੇ ਕੁਝ ਕਹਿੰਦੇ ਕਿ ਸੁਪਰੀਮ ਕੋਰਟ ਨੇ ਕੀ ਕੀਤਾ ਕੀ ਨਹੀਂ ਕੀਤਾ ਅਸੀਂ ਕਮੇਟੀ ਦੀ ਕੋਈ ਮੰਗ ਨਹੀਂ ਕੀਤੀ ਕਮੇਟੀ ਬਣਾ ਕੇ ਧਰਤੀ ਤੇ ਅਸੀਂ ਉਹਦੇ ਸਾਹਮਣੇ ਪੇਸ਼ ਕਿਉਂ ਹੋਈਏ ਅਸੀਂ ਤਾਂ ਮੰਗੀ ਨਹੀਂ ਕੀਤੀ ਦੀ ਉਸ ਕਮੇਟੀ ਦੀ ਹੁਣ ਜਿਹੜੇ ਚਾਰ ਬੰਦੇ ਇਸ ਕਮੇਟੀ ਦੇ ਵਿੱਚ ਨੇ ਵੀਰੇ ਜਿਹੜੇ ਇਹਨਾਂ ਖੇਤੀ ਕਾਨੂੰਨਾਂ ਦੇ ਓਪਨਲੀ ਹੱਕ ਜਿਹੜਾ ਉਹ ਲਿਖਦੇ ਰਹੇ ਨੇ ਸਰਕਾਰ ਦੇ ਕੋਲੇ ਜਾ ਕੇ ਇਵਨ ਜਿਹੜੇ ਭਪਿੰਦਰ ਸਿੰਘ ਮਾਨ ਨੇ ਉਹ ਜਿਹੜਾ ਜੀ ਜਾ ਕੇ ਜਿਹੜੇ ਪ੍ਰਧਾਨ ਮੰਤਰੀ ਹਰਨ ਦੇ ਨਾਲ ਮੁਲਾਕਾਤ ਕਰਕੇ ਇਹ ਕਹਿ ਕੇ ਆਏ ਕਿ ਤੁਸੀਂ ਬਹੁਤ ਵਧੀਆ ਖੇਤੀ ਕਾਨੂੰਨ ਲਿਆਂਦੇ ਆ ਉਹਨਾਂ ਤੋਂ ਕਿਵੇਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰਨਗੇ ਮੈਂ ਤਾਂ ਟਵੀਟ ਵੀ ਜਿਹੜਾ ਜੀ ਉਹ ਕੀਤਾ ਸੀਗਾ ਵੀ ਕਿਸੇ ਸਮੇ ਇਹ ਕਿਹਾ ਜਾਂਦਾ ਹੁੰਦਾ ਸੀਗਾ ਕਿ ਇਸਾ ਪਿੱਛਾ ਨਾ ਪਤਾ ਹੋਵੇ ਤੇ ਇਲੈਕਸ਼ਨਾਂ 'ਚ ਖੜ੍ਹਜੋ ਅੱਜ ਹਾਲਾਤ ਬਦਲ ਗਏ ਅੱਜ ਜੇ ਕਿਸੇ ਦਾ ਜਿਹੜਾ ਜੀ ਅੱਗਾ ਪਿਛਾ ਨਹੀਂ ਪਤਾ ਵੀ ਉਹ ਕੌਣ ਕਿਹੜੇ ਸਮੇਂ ਤੇ ਕੀ ਕੰਮ ਕਰਦਾ ਰਿਹਾ ਤੁਹਾਨੂੰ ਸਰਕਾਰੀ ਕਮੇਟੀ ਚ ਪਾ ਦਿਓ ਤੇ ਉਸ ਤੋਂ ਬਾਅਦ ਫਿਰ ਲੋਕ ਦੱਸ ਦੇਣਗੇ ਵੀ ਇਹਨੇ ਕਿਹੜੇ-ਕਿਹੜੇ ਸਮੇਂ ਤੇ ਕਿਹੜੇ-ਕਿਹੜੇ ਕੰਮ ਕੀਤੇ ਸੀ ਜੀ ਅੱਛਾ ਪੰਨੂ ਸਾਹਿਬ 26 ਜਨਵਰੀ ਨੂੰ ਜਿੱਥੇ ਹੁਣ ਬਾਕੀ ਦੀ ਸੰਘਰਸ਼ ਦੀ ਅੱਗੇ ਜਿਹੜੀ ਇੱਕ ਕੜੀ ਹੈ ਬਹੁਤ ਅਹਿਮ ਕੜੀ ਹੈ ਉਹ ਤੇ ਉਹਦੇ ਬਾਰੇ ਹਲੇ ਅਦਾਲਤ ਦੇ ਵਿੱਚ ਸੁਣਵਾਈ ਸੋਮਵਾਰ ਨੂੰ ਹੋਣੀ ਆ ਪਰ ਨਾਲ ਹੀ 26 ਜਨਵਰੀ ਨੂੰ ਹਰਿਆਣਾ ਦੇ ਕਿਸਾਨ ਮਨੋਹਰ لال ਖੱਟੜ ਦੇ ਖਿਲਾਫ ਡਟਣ ਵਾਸਤੇ ਤਿਆਰੀਆਂ ਕਰ ਰਹੇ ਨੇ ਇਹਦੇ ਬਾਰੇ ਕੀ ਵੇਰਵਾ ਜੀ ਦੇਖੋ ਹਰਿਆਣੇ ਦੀ ਰਾਜਨੀਤੀ ਦੇ ਵਿੱਚ ਬੜੀ ਵੱਡੀ ਉਥਲ ਪੁਥਲ ਜਿਹੜੀ ਆ ਜੀ ਉਹ ਜਾਰੀ ਹੈ ਇਹ ਉਥਲ ਪੁਥਲ ਜਿਹੜੀ ਆ ਐਕਚੁਅਲੀ ਵੱਡੀ ਉਦੋਂ ਹੋ ਗਈ ਆ ਜਦੋਂ ਕਰਨਾਲ ਦੇ ਨੇੜੇ ਮੁੱਖ ਮੰਤਰੀ ਮਨੋ ਲਾਲ ਖੱਟਰ ਹੋਰਾਂ ਦੀ ਰੈਲੀ ਕਿਸਾਨਾਂ ਨੇ ਨਹੀਂ ਹੋਣ ਦਿੱਤੀ ਉਹਨਾਂ ਦਾ ਜਿਹੜਾ ਜਿੱਥੇ ਉਹਨਾਂ ਦਾ ਹੈਲੀਕਾਪਟਰ ਉਤਰਨਾ ਸੀਗਾ ਹੈਲੀਪੈਡ ਪੱਟ ਦਿੱਤਾ ਕਿ ਤੂੰ ਪਹਿਲਾਂ ਡਿਪਟੀ ਮੁੱਖ ਮੰਤਰੀ ਦਾ ਹੈਲੀਪੈਡ ਪਟਿਆ ਸੀਗਾ ਸਟੇਜ ਦੇ ਉੱਤੇ ਜਿਹੜਾ ਸੀ ਉਹ ਕਬਜ਼ਾ ਕਰ ਲਿਆ ਔਰ ਸਟੇਜ ਦੀ ਢਾਹ ਪਨ ਜਿਹੜੀ ਸੀ ਉਹ ਕਰਤੀ ਵਾਵਾ ਸਾਰੀ ਉਹ ਇਹ ਸਮਾਗਮ ਨਹੀਂ ਹੋ ਸਕਿਆ ਉਦੋਂ ਬਾਅਦ ਜਿਹੜਾ ਇੱਥੇ ਹਰਿਆਣੇ ਦੀ ਰਾਜਨੀਤੀ ਦੇ ਵਿੱਚ ਇੱਕੋ ਪਰਿਵਾਰ ਦੇ ਦੋ ਧੜੇ ਨੇ ਇੱਕ ਤਾਂ ਹੈਗਾ ਜੀ ਇਨੈਲੋ ਇੰਡੀਅਨ ਨੈਸ਼ਨਲ ਲੋਕ ਦਲ ਜੀ ਚਟਾਲਾ ਪਰਿਵਾਰ ਦਾ ਦੂਜਾ ਹੈ ਜੀ ਜੱਜਪਾ ਜਨਨਾ ਇੱਕ ਜਨਤਾ ਪਾਰਟੀ ਅੱਛਾ ਇਹ ਜਿਹੜੇ ਜਨਨੈਕ ਜਨਤਾ ਪਾਰਟੀ ਆ ਇਹ ਇੱਕ ਨਿਕਲੀ ਹੋਈ ਆ ਚਟਾਲਾ ਪਰਿਵਾਰ ਦੀ ਆਪਸੀ ਖਹਿਬਾਜੀ ਚੋਂ ਹਾਂ ਹਾਂ ਔਰ ਦੁਸ਼ਯੰਤ ਚਟਾਲਾ ਚੌਧਰੀ ਦੇਵੀ ਲਾਲ ਹੋਰਾਂ ਦੇ ਪੜਪੋਤਰੇ ਨੇ ਜੀ ਔਰ ਉਹਨਾਂ ਨੇ ਚੌਧਰੀ ਦੇਵੀ ਲਾਲ ਦਾ ਨਾਮ ਵਰਤਿਆ ਹੁਣ ਜਦੋਂ ਇਨੈਲੋ ਨੂੰ ਲੱਗਿਆ ਕਿ ਜੱਜਪਾਗ ਜਿਹੜੀ ਆ ਉਹ ਡਾਊਨ ਜਾ ਰਹੀ ਆ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇੱਕ ਚਿੱਠੀ ਜੜੀ ਉਹ ਲਿਖ ਦਿੱਤੀ ਚਿੱਠੀ ਲਿਖੀ ਕਿ ਨੂੰ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਆ ਚਿੱਠੀ ਚੱਕੋ ਉਹ ਇੱਕੋ ਹੀ ਆ ਮੈਂਬਰ ਉਹਨਾਂ ਦਾ ਵੀ ਜੇ 26 ਜਨਵਰੀ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਇਹਨੂੰ ਮੇਰਾ ਅਸਤੀਫਾ ਸਮਝਣਾ ਚਿੱਠੀ ਕਦੀ ਅਸਤੀਫਾ ਨਹੀਂ ਹੋ ਸਕਦੀ ਨਾ ਉਹ ਮਨਜ਼ੂਰ ਹੁੰਦਾ ਇਹਨੇ ਇੱਕ ਖਲਬਲੀ ਪੈਦਾ ਕਰਤੀ ਜਿਹੜੇ ਦੁਸ਼ਯੰਤ ਚੋਟਾਲਾ ਨੇ ਉਹਨਾਂ ਨੇ ਮੁਲਾਕਾਤ ਕੀਤੀ ਕੱਲ ਅਮਿਤ ਸ਼ਾਹ ਹੋਰਾਂ ਦੇ ਨਾਲ ਅੱਜ ਮੁਲਾਕਾਤ ਕੀਤੀ ਡੇਢ ਘੰਟਾ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਆਪਣੀ ਪੋਜੀਸ਼ਨ ਦੱਸੀ ਅਸੀਂ ਤਾਂ ਮਾਰੇਗੇ ਸਾਡਾ ਤਾਂ ਹੁੱਕਾ ਪਾਣੀ ਬੰਦ ਹੋ ਗਿਆ ਕਿਉਂਕਿ ਉਹ जाट ਵੋਟਾਂ ਲੈ ਕੇ ਬਣੇ ਨੇ ਜਾਟਾ ਨੇ ਉਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਇਹਦਾ ਅਸਰ ਜਿਹੜਾ ਦੀ ਉਹ ਕਿੰਨਾ ਹਰਿਆਣੇ ਦੀ ਸਿਆਸਤ ਤੇ ਪੈਂਦਾ ਆਉਣ ਵਾਲੇ ਦਿਨ ਦੱਸਣਗੇ ਹਰਿਆਣੇ ਦੇ ਮੁੱਖ ਮੰਤਰੀ ਮਨੋਲਾਲ ਖੱਤਰ ਹੋਰਾਂ ਨਿਰ ਪਾਣੀ ਪੱਤ ਦੇ ਵਿੱਚ 26 ਜਨਵਰੀ ਨੂੰ ਝੰਡਾ ਚੁਣਾਉਣਾ ਹੂੰ ਹੂੰ ਕਿਸਾਨ ਕਹਿੰਦੇ ਕਿ ਅਸੀਂ ਕਰਾਂਗੇ ਵਿਰੋਧ ਤਕੜਾ ਜੀ ਉਹ ਕਹਿੰਦੇ ਕਰਨਾਲ ਅੰਬਾਲਾ ਯਮਨਾ ਨਗਰ ਦੇ ਵਿੱਚ ਜਿਹੜਾ ਜੀ ਇਹ ਪਹਿਲਾਂ ਹੀ ਬਖੇੜਾ ਖੜਾ ਹੋ ਚੁੱਕਿਆ ਕਿਸਾਨ ਜਿਹੜੇ ਆ ਜੀ ਉਹ ਇਹ ਗੱਲ ਕਹਿੰਦੇ ਆ ਕਿ ਬੇਤਰ ਇਹ ਆ ਕਿ ਇਹ ਇੱਥੇ ਜਿਹੜਾ ਪਾਣੀ ਪੱਤ ਦੇ ਵਿੱਚ ਹੈ ਉਹ ਮੁੱਖ ਮੰਤਰੀ ਝੰਡਾ ਚਲਾਉਣ ਦੇ ਵਾਸਤੇ ਨਾਉਣ ਨਹੀਂ ਤਾਂ ਅਸੀਂ ਉਹਨਾਂ ਦੇ ਵਿਰੋਧਤਾ ਕਰਾਂਗੇ ਜੇ ਉਹਨਾਂ ਨੇ ਝੰਡਾ ਚਲਾਉਣਾ ਤੇ 26 ਜਨਵਰੀ ਤੋਂ ਪਹਿਲਾਂ ਪਹਿਲਾਂ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਪਾ ਕੇ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਜਿਹੜਾ ਜੀ ਉਹ ਕਰਵਾਉਣ ਹੁਣ ਇਹ ਦੇਖੋ ਇਹ ਮੁੱਛ ਦਾ ਸਵਾਲ ਬਣ ਗਿਆ ਇੱਕ ਵਾਰੀ ਫੇਰ ਹਰਿਆਣੇ ਦੇ ਵਿੱਚ ਕਿਸਾਨਾਂ ਦਾ ਵੀ ਤੇ ਮਨੋਹਰ لال ਖੱਟੜ ਹੋਰਾਂ ਦਾ ਵੀ ਜਿੱਦੀ ਮਨੋਹਰ لال ਖੱਟੜ ਹੋਰੀ ਵੀ ਰੱਜ ਕੇ ਨੇ ਤੇ ਕਿਸਾਨ ਕਿਸੇ ਵੀ ਮਾਮਲੇ ਦੇ ਵਿੱਚ ਜਿਹੜਾ ਦੀ ਉੱਚਕਣ ਦੇ ਵਾਸਤੇ ਤਿਆਰ ਨਹੀਂ ਦੇਖਣਾ ਇਹ ਹੋਊਗਾ ਕਿ 26 ਤਰੀਕ ਨੂੰ ਇਹ ਟਕਰਾਓ ਇੱਕ ਵਾਰੀ ਫੇਰ ਜਿਹੜਾ ਦੀ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਕਿਸ ਤਰ੍ਹਾਂ ਦਾ ਰੂਪ ਧਾਰਨ ਕਰਦਾ ਕਿਉਂਕਿ ਮਨੋਹਰ لال ਖੱਟੜ ਹੋਰਾਂ ਨੇ ਕੋਈ ਮੋਹਰੇ ਆ ਕੇ ਥੋੜੀ ਲੜਨਾ ਜੀ ਐਕਚੁਅਲੀ ਕੀ ਆ ਇਹ ਜਿਹੜੀ ਲੜਾਈ ਆ ਨਾ ਜੀ ਇੱਕ ਭਾਰਤੀ ਜਨਤਾ ਪਾਰਟੀ ਚਟਾਲਾ ਪਰਿਵਾਰ ਦੇ ਵਿਚਾਲੇ ਤੇ ਕਿਸਾਨਾਂ ਦੇ ਨਾਲ ਇਹ ਤਿੰਨ ਧਿਰ ਰੜਾਈ ਜੜੀ ਦੀ ਉਹ ਹੋ ਚੁੱਕੀ ਹੋਈ ਆ ਚਟਾਲਾ ਪਰਿਵਾਰ ਇਹ ਸਮਝਦਾ ਕਿ ਜੇ ਜਜਪਾ ਜਿਹੜੀ ਅੱਧੀ ਉਹ ਸਾਈਡ ਲਾਈਨ ਹੁੰਦੀ ਆ ਤੇ ਫਿਰ ਉਹਦੀ ਜਗ੍ਹਾ ਇਨੈਲੋ ਲਊਗਾ ਜਦੋਂ ਕਿ ਜਜਪਾ ਵਾਲੇ ਸੋਚਦੇ ਸਾਡੀ ਨਵੀਂ ਫਰੈਸ਼ ਪਾਰਟੀ ਆ ਅਸੀਂ ਇਨੈਲੋ ਨੂੰ ਕਿਵੇਂ ਜੜਾ ਦੀਉ ਦੇ ਦਈਏ ਪਰਿਵਾਰ ਦੇ ਵਿਚਾਲੇ ਟਕਰਾਓ ਆ ਪਰ ਜੇ ਜਜਪਾ ਨੇ ਜਿਉਂਦੇ ਰਹਿਣਾ ਉਹਦੀ ਪਾਰਟੀ ਨੇ ਜਿਉਂਦੇ ਰਹਿਣਾ ਤੇ ਉਹਨੂੰ ਇੱਕ ਅੱਧੇ ਦਿਨ ਦੇ ਵਿੱਚ ਫੈਸਲਾ ਕਰਨਾ ਪਊਗਾ ਕਿਸਾਨ ਅੰਦੋਲਨ ਦੇ ਬਾਰੇ ਵਿੱਚ ਉਹ ਹਰਿਆਣੇ ਦੀ ਸਰਕਾਰ ਦੇ ਜਿਹੜਾ ਸਪੋਰਟ ਕਰਦੀ ਆ ਜਾਂ ਨਹੀਂ ਇਹ ਵੀ ਕੋਈ ਨਹੀਂ ਪਤਾ ਕਿ ਜੇ ਜੱਜਪਾ ਨੇ ਸਟੈਂਡ ਲੈ ਲਿਆ ਤੇ 26 ਜਨਵਰੀ ਤੋਂ ਪਹਿਲਾਂ ਜਿਹੜਾ ਦੀ ਉਹ ਮਨੋਰ ਲਾਲ ਖੱਟੜ ਉਹਦੀ ਮੁੱਖ ਮੰਤਰੀ ਹੀ ਨਾ ਰਹਿਣ ਜੀ ਪੰਨੂ ਸਾਹਿਬ ਦੱਸਿਓ ਜੀ ਜਿਹੜੇ ਬੇਅਦਬੀ ਕਾਂਡ ਦੇ ਸਬੰਧਤ ਦਸਤਾਵੇਜ਼ ਸੀਗੇ ਉਹ ਸੀਬੀਆਈ ਵੱਲੋਂ ਪੰਜਾਬ ਪੁਲਿਸ ਨੂੰ ਸੌਂਪੇ ਜਾਣੇ ਸੀ ਉਹ ਸੌਂਪ ਨਹੀਂ ਰਹੇ ਨੀ ਰਹੇ ਦੀ ਐਕਚੁਅਲੀ ਪੰਜਾਬ ਰੈਣਾ ਹਾਈ ਕੋਰਟ ਨੇ ਇਹ ਹੁਕਮ ਕੀਤੇ ਸੀਗੇ ਕਿ ਸੀਬੀਆਈ ਜਿਹੜੀ ਆ ਉਹ ਇਹ ਸਾਰੇ ਦਸਤਾਵੇਜ਼ ਦਾਇਰੀਆਂ ਜੋ ਕੁਝ ਵੀ ਉਹਨਾਂ ਕੋਲੇ ਬੇਅਦਬੀ ਕਾਂਡ ਦੇ ਸਬੰਧੀ ਹੈ ਉਹ ਪੰਜਾਬ ਪੁਲਿਸ ਨੂੰ ਦੇਵੇ ਹਮਮ ਇਹਤੇ ਆਪਾਂ ਨੂੰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਸੀਬੀਆਈ ਨੇ ਕਲੋਜ਼ਰ ਰਿਪੋਰਟ ਲਾ ਦਿੱਤੀ ਸੀਗੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਮੁਹਾਲੀ ਦੇ ਵਿੱਚ ਜਿਹੜੀ ਕੁਝ ਸਮਾਂ ਪਹਿਲਾਂ ਪਟਿਆਲੇ ਹੁੰਦੀ ਸੀਗੀ ਇਹ ਕਿਹਾ ਸੀਗਾ ਕਿ ਸਾਨੂੰ ਕੁਝ ਨਹੀਂ ਲੱਭਿਆ ਉਹਦੇ ਵਿੱਚ ਜਦੋਂ ਕਿਰਕਰੀ ਹੋਈ ਤੇ ਦੁਬਾਰਾ ਫੇਰ ਤਰਪੀੜਾ ਦੀ ਉਹ ਇਹਦੀ ਜਾਂਚ ਕਰਨ ਦੇ ਵਾਸਤੇ ਸੀਬੀਆਈ ਕਿਸੇ ਪਿੰਡ ਦੇ ਵਿੱਚ ਨਹੀਂ ਪਹੁੰਚੀ ਜੀ ਕਿਸੇ ਉਸ ਜਗ੍ਹਾ ਨਹੀਂ ਪਹੁੰਚੀ ਜਿੱਥੇ ਇਹ ਬੇਅਦਬੀ ਹੋਈ ਕਿਸੇ ਉਸ ਬੰਦੇ ਨੂੰ ਨਹੀਂ ਮਿਲੀ ਜਿਹੜੇ ਇਹਦੇ ਵਿੱਚ ਸ਼ਾਮਲ ਸਨ ਇਵਨ ਮਹਿੰਦਰਪਾਲ ਬਿੱਟੂ ਜੀ ਦਾ ਮਰਡਰ ਹੋ ਗਿਆ ਉਹਨੂੰ ਨਹੀਂ ਜਿਹੜਾ ਦੀ ਉਹ ਮਿਲੀ ਸਰਸੇ ਵਾਲੇ ਡੇਰੇ ਨਹੀਂ ਗਈ ਕੁਝ ਨਹੀਂ ਉਹਨੇ ਕੀਤਾ ਹੁਣ ਸਵਾਲ ਸ਼ਾਇਦ ਇਹ ਆ ਕਿ ਸੀਬੀਆਈ ਇਸ ਮਾਮਲੇ ਦੇ ਵਿੱਚ ਸੌਂਪੇ ਤੇ ਕੀ ਕੋਰੇ ਕਾਗਜ਼ ਸੌਂਪੇ ਜੀ ਔਰ ਇੱਕ ਆਗੇ ਤਾਂ ਉਹ ਦੇਣਾ ਨਹੀਂ ਚਾਹੁੰਦੀ ਕਿਉਂਕਿ ਜੇ ਉਹਦੇ ਕੋਲੇ ਕੁਝ ਲੱਭਤਾ ਹੁੰਦੀਆਂ ਤੇ ਉਹ ਜਾ ਕੇ ਜਿਹੜਾ ਦੀ ਇੱਥੇ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਦੀ ਉਹ ਤਾਂ ਕਹਿੰਦੀ ਸਾਨੂੰ ਲੱਭੇ ਹੀ ਕੱਖ ਨਹੀਂ ਗਾ ਇਸ ਕਰਕੇ ਅਸੀਂ ਕਲੋਜ਼ਰ ਰਿਪੋਰਟ ਲਾਉਣੀ ਹੈ ਹੁਣ ਉਹਦੇ ਵਾਸਤੇ ਮੁਸ਼ਕਲ ਬਣੀ ਹੈ ਤਾਂ ਜਿਹੜੀ ਵਿਸ਼ੇਸ਼ ਅਦਾਲਤ ਹੈ ਉਹਨੇ ਪੰਜਾਬ ਪੁਲਿਸ ਨੂੰ ਕੇਸ ਤੇ ਉਹਦੇ ਬਾਕੀ ਫਾਈਲ ਜਿਹੜੇ ਦੀ ਉਹ ਦੇਣੇ ਸੀਗੇ ਨਹੀਂ ਦਿੱਤੇ ਗਏ ਦੀ ਬਹਾਲੀ ਦੇ ਵਿੱਚ ਸਥਿਤ ਜਿਹੜੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਹੈ ਉਹਦੇ ਵਿੱਚ ਅੱਜ ਸੁਣਵਾਈ ਹੋਈ ਸੀਬੀਆਈ ਨੇ ਜਿਹੜਾ ਸੀਗਾ ਜੀ ਉਹਨੇ ਇਹ ਅੱਜ ਜਿਹੜਾ ਕਿਹਾ ਕਿ ਅਸੀਂ ਬਹੁਤ ਰੁੱਜੇ ਹੋਏ ਹਾਂ ਰੁੱਜੇ ਕਿੱਥੇ ਹੋਏ ਆ ਜੀ ਸੁਸ਼ਾਂਤ ਰਾਜਪੂਤ ਵਾਲੇ ਜਿਹੜਾ ਜੀ ਉਹ ਕੇਸ ਦੇ ਵਿੱਚ ਹੂੰ ਹੂੰ ਉਹ ਕਹਿੰਦੇ ਦੀ ਕਿ ਜਿਹੜੇ ਬਹੁਤੇ ਅਧਿਕਾਰੀ ਨੇ ਉਹ ਸੁਸ਼ਾਂਤ ਰਾਜਪੂਤ ਕਤਲ ਕੇਸ ਦੇ ਵਿੱਚ ਰੁੱਜੇ ਹੋਣ ਕਰਕੇ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਸਕੇ ਕਿ ਇਸ ਫਾਈਲ ਸਣੇ ਲੋੜੀਂਦੇ ਦਸਤਾਵੇਜ਼ ਜਿਹੜੇ ਪੰਜਾਬ ਪੁਲਿਸ ਦੇ سپرد ਕਰਨ ਦੇ ਵਾਸਤੇ ਜਾਂਚ ਏਜੰਸੀ ਨੂੰ 10 ਦਿਨਾਂ ਦੀ ਹੋਰ ਮੌਲਤ ਜਿਹੜੀ ਉਹ ਦਿੱਤੀ ਜਾਵੇ ਜੀ ਸੀਬੀਆਈ ਦੀ ਇਸ ਦਲੀਲ ਦਾ ਸਖਤ ਵਿਰੋਧ ਹੋਇਆ ਔਰ ਇਹ ਕਿਹਾ ਗਿਆ ਕਿ ਸੀਬੀਆਈ ਜਾਣਬੁੱਝ ਕੇ ਇਸ ਕੇਸ ਨੂੰ ਹੁਣ ਲਮਕਾ ਰਹੀ ਹੈ 21 ਜਨਵਰੀ ਅੱਗੇ ਜਿਹੜੀ ਦੀ ਉਹ ਤਰੀਕ ਪੈ ਗਈ ਹੈ ਇਸ ਮਾਮਲੇ ਦੇ ਉੱਤੇ ਅਸਲ ਦੇ ਵਿੱਚ ਪੰਜਾਬ ਸਰਕਾਰ ਦੀ ਇੱਕ ਵੱਡੀ ਮੁਸ਼ਕਲ ਜਿਹੜੀ ਦੀ ਉਹ ਬਣ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ 21 ਸ਼ੁਰੂ ਹੋ ਗਿਆ ਜੀ 22 ਦੇ ਵਿੱਚ ਇਲੈਕਸ਼ਨਾਂ ਨੇ ਤੁਸੀਂ ਇਹ ਲਾ ਕੇ ਚੱਲੋ ਵੀਰੇ ਦੀ 5 ਤੋਂ 6 ਮਹੀਨੇ ਨੇ ਪੰਜਾਬ ਸਰਕਾਰ ਦੇ ਕੋਲੇ ਜਿਹੜੀ 24 ਸਾਲਾਂ ਦੇ ਵਿੱਚ ਕੁਝ ਨਹੀਂ ਕਰ ਸਕੀ ਹੁਣ 5-4 ਮਹੀਨਿਆਂ ਦੇ ਵਿੱਚ ਜਿਹੜਾ ਦੀ ਉਹ ਕੀ ਕਰੂਗੀ ਸੀਬੀਆਈ ਜਿਹੜੀ ਆ ਦੀ ਉਹ ਇਸ ਮਾਮਲੇ ਨੂੰ ਲਮਕਾਉਣਾ ਤਾਂ ਕਈ ਕਾਰਨਾ ਕਰਕੇ ਚਾਹੁੰਦੀ ਹੈ ਸੈਂਟਰ ਸਰਕਾਰ ਕਰਕੇ ਵੀ ਲਮਕਾਉਣਾ ਚਾਹੁੰਦੀ ਹੈ ਦੂਜਾ ਜਿਹੜਾ ਦੀ ਇਹਦੇ ਵਿੱਚ ਕੁਝ ਧਿਰਾਂ ਉਹ ਸ਼ਾਮਲ ਨੇ ਜਿਵੇਂ ਸਾਫਕਾ ਇੱਕ ਡੀਜੀਪੀ ਦਾ ਨਾਮ ਹੈ ਜਾਂ ਸਾਫਕਾ ਕੁਝ ਆਗੂਆਂ ਦਾ ਨਾਮ ਹੈ ਉਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਕਿਉਂਕਿ ਸੀਬੀਆਈ ਕੇਂਦਰ ਦੀ ਸਰਕਾਰ ਦਾ ਤੋਤਾ ਉਹਨੇ ਤਾਂ ਉਹੀ ਬੋਲਣਾ ਨਾ ਜੋ ਉਹਨੇ ਕਹਿਣਾ ਇਸ ਕਰਕੇ ਉਹ ਇਸ ਮਾਮਲੇ ਦੇ ਉੱਤੇ ਜਿਹੜਾ ਦੀ ਉਹ ਫਾਈਲਾਂ ਦੇਣ ਦੇ ਵਿੱਚ ਲਮਕਾ ਸਕਦੀ ਹੈ ਇਹ ਮੁਸ਼ਕਲ ਬਣੂਗੀ ਕਾਂਗਰਸ ਦੇ ਵਾਸਤੇ ਕਿਉਂਕਿ ਕਾਂਗਰਸ ਕੀ ਜਵਾਬ ਦੇਊਗੀ ਜਦੋਂ ਵੋਟਾਂ ਦੇ ਵਿੱਚ ਜਾਊਗੀ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਰੂੜੀਆਂ ਤੇ ਰੁਲਿਆ ਛੱਪੜਾਂ ਦੇ ਵਿੱਚ ਪਾਇਆ ਗਿਆ ਗਲੀਆਂ ਦੀਆਂ ਨਾਲੀਆਂ ਦੇ ਵਿੱਚ ਪਾਇਆ ਗਿਆ ਤੁਸੀਂ ਉਸ ਮਾਮਲੇ ਦੇ ਉੱਤੇ ਕੀਤਾ ਕੀ ਹੂੰ ਹੂੰ ਤੁਸੀਂ ਕੁਝ ਵੀ ਨਹੀਂ ਜਿਹੜਾ ਦੀ ਉਹ ਕੀਤਾ ਆਹੀ ਕੁਝ ਕਰਦੇ ਰਹੇ ਆਹ ਲੈ ਜੇ ਆਹ ਲੈ ਜੇ ਉਧਰੋਂ ਆ ਗਿਆ ਇਧਰੋਂ ਆ ਗਿਆ ਫਾਈਲਾਂ ਇਧਰੋਂ ਨਹੀਂ ਆਈਆਂ ਉਧਰੋਂ ਨਹੀਂ ਆਈਆਂ 5 ਤੋਂ 6 ਮਹੀਨੇ ਜਿਹੜਾ ਦੀ ਉਹ ਰਹਿ ਗਏ ਇਹਦੇ ਵਿੱਚ ਕੀ ਜਿਹੜਾ ਦੀ ਉਹ ਹੋ ਸਕਦਾ ਇਹ ਜਸਟਿਸ ਡਿਲੇ ਵਾਲੀ ਗੱਲ ਜਿਹੜੀ ਆ ਦੀ ਉਹ ਕੀਤੀ ਜਾ ਰਹੀ ਹੈ ਸਭ ਪਾਰਟੀਆਂ ਇੱਕੋ ਜਿੱਕੀਆਂ ਨੇ ਜੀ ਮਿਲ ਮਲਾ ਕੇ ਇਹ ਸਾਰਾ ਕੁਝ ਜਿਹੜਾ ਦੀ ਉਹ ਹੋ ਰਿਹਾ ਜੀ ਅੱਛਾ ਪੰਨੂ ਸਾਹਿਬ ਬਰੀਫਲੀ ਦੱਸਿਓ ਜਿਹੜੇ ਪੰਜਾਬੀ ਗਾਇਕ ਸ੍ਰੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਹੁਣ ਪਟਿਆਲਾ ਦੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ਜੀ ਬਿਲਕੁਲ ਜੀ ਜ਼ਮਾਨਤ ਉਹਨੂੰ ਮਿਲ ਗਈ ਅੱਜ 50000 ਰੁਪਏ ਦੇ ਮਚਲਕੇ ਦੇ ਉੱਤੇ ਉਹਨੂੰ ਰਿਹਾ ਕਰਨ ਦੇ ਹੁਕਮ ਕੀਤੇ ਗਏ ਉਹਨੂੰ ਪਾਸਪੋਰਟ ਜਮ੍ਹਾਂ ਕਰਵਾਉਣ ਤੇ ਅੱਗੋਂ ਪੜਕਾਉ ਗੀਤ ਨਾ ਲਿਖਣ ਤੇ ਨਾ ਗਾਉਣ ਸੰਬੰਧੀ ਹਦਾਇਤ ਜਿਹੜੀ ਜਾਰੀ ਕੀਤੀ ਗਈ ਉਹਦੇ ਕਾਗਜ਼ ਪੱਤਰ ਪਟਿਆਲੇ ਦੀ ਜੇਲ੍ਹ ਦੇ ਵਿੱਚ ਪਹੁੰਚ ਗਏ ਤੇ ਉਹਨੂੰ ਅੱਜ ਸ਼ਾਮੀ ਰਿਹਾ ਜਿਹੜਾ ਉਹ ਕਰ ਦਿੱਤਾ ਗਿਆ ਹੂੰ ਹੂੰ ਉਹਨੂੰ ਇੱਕ ਜਿਹੜਾ ਦੀ ਹਿੰਸਕ ਗੀਤ ਦੇ ਸਬੰਧ ਦੇ ਵਿੱਚ ਅਰੈਸਟ ਜਿਹੜਾ ਉਹ ਕੀਤਾ ਗਿਆ ਸੀਗਾ ਜਿਹੜਾ ਕਿ ਮਹੀਨਾ ਪਹਿਲਾਂ ਉਹਨੇ ਗਾਇਆ ਸੀ ਉਦੋਂ ਬਾਅਦ ਉਹਨੇ ਇੱਕ ਕਿਸਾਨ ਐਂਥਮ ਗਾਇਆ ਸੀ ਜਿਹੜਾ ਕਿ ਨੌਜਵਾਨਾਂ ਦੇ ਵਿੱਚ ਬੜਾ ਜਿਹੜਾ ਉਹ ਪ੍ਰਚਲਿਤ ਹੋਇਆ ਉਹ ਟਰੈਕਟਰਾਂ ਦੇ ਉੱਤੇ ਅਕਸਰ ਸੁਣਿਆ ਜਾ ਸਕਦਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਪੰਜਾਬੀ ਗਾਇਕ ਨੇ ਉਹ ਇਸ ਤਰ੍ਹਾਂ ਦੇ ਜਿਆਦਾ ਜੋਸ਼ੀਲੇ ਗੀਤ ਨਾ ਗਾਉਣ ਜਿਹਦੇ ਕਰਕੇ ਇਹ ਸ਼੍ਰੀ ਬਰਾੜ ਜਿਹੜਾ ਸੀਗਾ ਜੀ ਉਹਨੂੰ ਇੱਕ ਨਿਸ਼ਾਨਾ ਬਣਾ ਕੇ ਬਾਕੀ ਗਾਇਕਾਂ ਨੂੰ ਇੱਕ ਮਤ ਦੇਣ ਦੀ ਗੱਲ ਜਿਹੜੀ ਸੀ ਉਹ ਆਖੀ ਗਈ ਕਿਉਂਕਿ ਜੇ ਪੰਜਾਬ ਸਰਕਾਰ ਏਡੀ ਸੁਹਿਰਦ ਹੋਵੇ ਜਿਹੜੇ ਇਹ ਹਿੰਸਕ ਗੀਤ ਨੇ ਉਹਨਾਂ ਦੇ ਮਾਮਲੇ ਦੇ ਉੱਤੇ ਆ ਇੱਥੇ ਤਾਂ ਸਿੱਧੂ ਮੂਸੇ ਵਾਲੇ ਨੇ ਹਥੀਂ ਫੜ ਕੇ AK-47 ਵੀ ਚਲਾਈ ਆ ਉਹਨੇ ਪਿਸਤੌਲ ਜਿਹੜਾ ਉਹਦੇ ਉਹਦੇ ਵਿੱਚੋਂ ਫਾਇਰਿੰਗ ਜਿਹੜੀ ਆ ਉਹ ਕਰਫਿਊ ਦੇ ਵਿੱਚ ਪੁਲਿਸ ਦੀ ਜਿਹੜੀ ਸ਼ੂਟਿੰਗ ਰੇਂਜ ਆ ਉੱਥੇ ਜਾ ਕੇ ਵੀ ਕੀਤੀ ਆ ਜਿਹਨੂੰ ਪੁਲਿਸ ਨੇ ਟੋਏ ਗਨ ਜਿਹੜਾ ਦੀ ਉਹ ਬਣਾ ਦਿੱਤਾ ਸੀਗਾ ਜਾਂ ਕਿੰਨੇ ਗਾਇਕ ਨੇ ਜਿਨ੍ਹਾਂ ਦੇ ਹਿੰਸਕ ਗੀਤ ਆਏ ਆ ਮੈਂ ਕਿੰਨਿਆਂ ਦੇ ਨਾਮ ਜਿਹੜੇ ਗਿਣ ਸਕਦਾ ਜਿਹੜੇ ਪਿਛਲੇ ਕੁਝ ਸਮੇਂ ਦੇ ਦੌਰਾਨ ਜਿਹੜਾ ਉਹ ਆਏ ਆ ਉਹਨਾਂ ਨੂੰ ਤਾਂ ਕਦੀ ਫੜਿਆ ਨਹੀਂ ਗਿਆ ਇਥੇ ਕਿੰਨੀਆਂ ਜਥੇਬੰਦੀਆਂ ਨੇ ਕਿੰਨੇ ਆਰਟੀਆਈ ਐਕਟਿਵਿਸਟ ਨੇ ਜਿਹੜੇ ਸਮਾਜ ਲਈ ਭਲਾ ਸੋਚਣ ਵਾਲੇ ਉਹ ਹਾਈ ਕੋਰਟ ਤੱਕ ਉਹਨਾਂ ਨੇ ਅਪਰੋਚ ਕੀਤੀ ਇੱਕ ਇਥੇ ਪ੍ਰੋਫੈਸਰ ਹੈਗੇ ਨੇ ਪੰਡਿਤ ਧਨੇਸ਼ਵਰ ਉਹ ਬੋਰਡ ਆਪਣੇ ਸਿਰ ਦੇ ਉੱਤੇ ਰੱਖ ਕੇ ਕਿਤੇ ਕਿਤੇ ਤੁਰੇ ਫਿਰਦੇ ਆ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਕਿਸੇ ਨੇ ਕੀਤੀ ਨਹੀਂ ਕੀਤੀ ਜੀ ਸ਼੍ਰੀ ਬਰਾੜ ਕਿੱਥੋਂ ਚੁੱਕ ਲਿਆ ਜੀ ਸੱਚੀ ਪੁੱਛੋ ਨਾ ਜੀ ਮੈਂ ਤੁਹਾਨੂੰ ਸਚਾਈ ਦੱਸ ਰਿਹਾ ਕਿ ਸ਼੍ਰੀ ਵਿਰਾਜ ਦੀ ਜਿਸਟਿੰਗ ਅਰੈਸਟ ਹੋਈ ਆ ਉਹ ਤੋਂ ਪਹਿਲਾਂ ਮੈਂ ਉਹਦਾ ਨਾਮ ਨਹੀਂ ਸੀ ਸੁਣਿਆ ਜੀ। ਹੂੰ। ਵੀ ਉਹਨੂੰ ਕਿਉਂ ਚੁੱਕਿਆ ਗਿਆ ਜੀ? ਉਹਨੂੰ ਉਹਨੂੰ ਟਾਰਗੇਟ ਦੇ ਤਹਿਤ ਇੱਕ ਜਿਹੜਾ ਸੀਗਾ ਉਹ ਚੁੱਕਿਆ ਗਿਆ। ਅੱਜ ਉਹਦੀ ਜ਼ਮਾਨਤ ਜਿਹੜੀ ਉਹ ਹੋ ਗਈ ਉਹਦੇ ਹੱਕ ਦੇ ਵਿੱਚ ਬਹੁਤ ਸਾਰੇ ਗਾਇਕ ਜਿਹੜੇ ਸੀਗੇ ਜੀ ਉਹ ਸਾਹਮਣੇ ਵੀ ਆਏ ਕਿ ਇਹ ਗ੍ਰਿਫਤਾਰੀ ਜਿਹੜੀ ਆ ਉਹ ਗਲਤ ਹੈ। ਜੀ। ਤੇ ਪੰਨੂ ਸਾਹਿਬ ਅੱਜ ਨਾਵਾ ਕੀ ਆ ਜੀ? ਕਿ ਧਰਨੇ ਉੱਤੇ ਆ ਜਿਹੜੇ ਕਿਸਾਨ ਬੈਠੇ ਬਾੜੀ ਉਹਨਾਂ ਨੇ ਰੱਖੀ ਸੀ ਆਸਮੀਆਂ। ਹੂੰ ਹੂੰ। ਧਰਨੇ ਉੱਤੇ ਆ ਜਿਹੜੇ ਕਿਸਾਨ ਬੈਠੇ ਬਾਲੀ ਉਹਨਾਂ ਨੇ ਰੱਖੀ ਸੀ ਆਸਮੀਆ ਕਰਦੀ ਕੇਂਦਰ ਸਰਕਾਰ ਨਾਲ ਬਾਤ ਸਿੱਧੀ ਉਹਦਾ ਕਿਹੜਾ ਨਾਮ ਦਾ ਆਸਮੀਆ ਹੂੰ ਹੂੰ ਸਾਰੇ ਪੈਂਤੜੇ ਉਲਟ ਨੇ ਕਿਰਤੀਆਂ ਦੇ ਦੇਰ ਹੀ ਗੱਲਾਂ ਦੇ ਨਾਲ ਧਰਵਾਸਮੀਆ ਕਰਦੀ ਬੈਠਕਾਂ ਚੁਸਤੀਆਂ ਵਰਤਦੀ ਤਾਂ ਉਹਦੇ ਕਹੇ ਦਾ ਨਹੀਂ ਵਿਸ਼ਵਾਸਮੀਆ ਹੂੰ ਹੂੰ ਜਿਹੜੀ ਆਸ ਕੁਝ ਬਾਕੀ ਸੀ ਬੈਠਕਾਂ ਤੋਂ ਉਹ ਵੀ ਜਾਪ ਦੀ ਟੁੱਟ ਗਈ ਅੱਜ ਵੀਆ ਹੂੰ ਹੂੰ ਜਿਹੜੀ ਆਸ ਕੁਝ ਬਾਕੀ ਸੀ ਬੈਠਕਾਂ ਤੋਂ ਉਹ ਵੀ ਜਾਪ ਦੀ ਟੁੱਟ ਗਈ ਅਜਮੀਆਂ ਘੇਰਿਆ ਪਿਆ ਕਿਸਾਨੀ ਨੂੰ ਚਾਰ ਤਰਫੋਂ ਲਾਹੀ ਲੁਟੇਰਿਆਂ ਲੱਗਦੀ ਲਜਮੀਆਂ ਜੀ ਬਹੁਤ ਧੰਨਵਾਦ ਪੰਨੂ ਸਾਹਿਬ ਕੱਲ ਫੇਰ ਗੱਲ ਕਰਦੇ ਹਾਂ ਜੀ ਮਿਹਰਬਾਨੀ ਜੀ ਧੰਨਵਾਦ ਵੀਰੇ ਜੀ ਥੈਂਕ ਯੂ ਜੀ